ਦਾ ਕਿ ਜਿਹੜੀ ਤੁਹਾਡੀ ਸ਼ਖਸੀਅਤ ਹੈ ਜਿੰਨੇ ਕਿ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਤੁਹਾਡੀਆਂ ਵੀਡੀਓ ਵਾਇਰਲ ਹੋਈਆਂ ਨੇ ਤੁਹਾਡੀ ਗੱਲਬਾਤ ਲੋਕਾਂ ਤੱਕ ਪਹੁੰਚੀ ਹੈ ਤਾਂ ਕੁਛ ਲੋਕ ਇਹ ਵੀ ਕਹਿ ਰਹੇ ਨੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹਨਾਂ ਦੀ ਸ਼ਖਸੀਅਤ ਦਾ ਕਿਤੇ ਨਾ ਕਿਤੇ ਭੁਲੇਖਾ ਪੈਂਦਾ ਤੁਸੀਂ ਉਹਨਾਂ ਦੇ ਨੇੜੇ ਤੇੜੇ ਜਾ ਸਕਦੇ ਹੋ ਇਸ ਤਰ੍ਹਾਂ ਦੀ ਸਮਰੱਥਾ ਰੱਖਦੇ ਹੋ ਦੇਖੋ ਉਹ ਸੰਤ ਗਿਆਨੀ ਪੂਰਨ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਹਨ ਅਸੀਂ ਉਹਨਾਂ ਦੇ ਚਰਨਾਂ 'ਚ ਲੱਗੀ ਧੂੜ ਦੇ ਬਰਾਬਰ ਵੀ ਨਹੀਂ ਹੈ ਅਤੇ ਇਸ ਕਰਕੇ ਜੇ ਕਿਸੇ ਸੰਗਤ ਦੀ ਇਹ ਭਾਵਨਾ ਤਾਂ ਉਹਨਾਂ ਨੂੰ ਵੀ ਬੇਨਤੀ ਅੱਗੇ ਵੀ ਕੀਤੀ ਦੁਬਾਰਾ ਕਰ ਦਿੰਦੇ ਹਾਂ ਵੀ ਸਾਡਾ ਕਿਸੇ ਨਾਲ ਕੋਈ ਕੰਪੈਰੀਜ਼ਨ ਨਾ ਕੀਤਾ ਜਾਵੇ ਖਾਸ ਕਰ ਸੰਤਾਂ ਮਹਾਂਪੁਰਖਾਂ ਦੇ ਨਾਲ ਉਹਨਾਂ ਦੇ ਕੋਲ ਜਿੰਨਾ ਤਪ ਜਿੰਨੀ ਬਾਣੀ ਜਿੰਨਾ ਨਾਮ ਉਹਨਾਂ ਜਪਿਆ ਸ਼ਾਇਦ ਅਸੀਂ ਅਗਲੇ 100 ਜਨਮਾਂ 'ਚ ਉਹਨਾਂ ਜਪ ਨਾ ਸਕੀਏ ਸੋ ਇਹ ਸੰਗਤ ਦੀ ਭਾਵਨਾ ਹੋ ਸਕਦੀ ਹੈ ਪਰ ਸਾਨੂੰ ਕਿਸੇ ਵੀ ਐਸੀ ਹਸਤੀ ਦਾ ਨਾਮ ਲਾਇਆ ਜਾਵੇ ਜਿਨ੍ਹਾਂ ਨੇ ਕੌਮ ਦੀ ਖਾਤਰ ਸੰਤ ਵੀ ਹੋਵੇ ਸ਼ਹੀਦ ਵੀ ਹੋਵੇ ਬਹੁਤ ਸੰਤ ਨੇ ਜਿਹੜੇ ਤਪ ਕਰਦੇ ਨੇ ਅੰਦਰ ਬੈਠੇ ਬਾਹਰ ਨਹੀਂ ਨਿਕਲਦੇ ਉਹ ਸੰਤ ਵੀ ਨੇ ਅਤੇ ਉਹਨਾਂ ਨੇ ਸ਼ਹਾਦਤ ਦੀ ਜਦੋਂ ਗੱਲ ਆਈ ਹੈ ਤਾਂ ਉਹ ਵੀ ਅੱਗੇ ਜਾ ਕੇ ਪੂਰਨ ਸਿੱਖ ਜਿਹੜੇ ਨੇ 20ਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਉਹਨਾਂ ਨੂੰ ਮਿਲਿਆ ਉਹ ਫਿਰ ਜਦੋਂ ਇੱਕ ਸਿੱਖ ਅਤੇ ਸੰਤ ਦੇ ਸਿਪਾਹੀ ਦੀ ਪਰਿਭਾਸ਼ਾ ਜਦੋਂ ਉਹਨਾਂ ਪੂਰਨ ਕਰ ਦਿੱਤੀ ਹੈ ਉਹਨਾਂ ਨਾਲ ਸਾਡਾ ਮੁਲਾਂਕਣ ਕਰਨਾ ਮਾੜੀ ਗੱਲ ਹੈ ਇਹ ਸਾਡੇ ਮਨ ਦੇ ਉੱਤੇ ਇੱਕ ਪਾਪ ਅਤੇ ਬੋਝ ਚੜ੍ਹਨ ਵਾਲੀ ਗੱਲ ਹੈ ਸੰਗਤ ਨੂੰ ਬੇਨਤੀ ਇਹਦਾ ਨਾ ਕੀਤਾ ਜਾਵੇ